ਅਸਲਾਮ ਅਲੈਕਮ ਸਿਆਸੀ ਦੇ ਰਾਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਈ ਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਹਾਂ ਇਸ ਤੋਂ ਪਹਿਲੇ ਅਸੀਂ ਤੁਹਾਨੂੰ ਦੱਸਿਆ ਕਿ ਖਾਨ ਸਾਹਿਬ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਨਵੇਂ ਕੇਸ ਦੇ ਵਿੱਚ ਅਲਕਾਦਰ ਟਰਸਟ ਦੇ ਵਿੱਚ 60 ਅਰਬ ਰੁਪਇਆ ਜਿਹੜਾ ਪੀਰਨੀ ਦੇ ਨਾਲ ਮਿਲ ਕੇ ਉਹਨਾ ਹੇਰ ਫੇਰ ਕੀਤਾ ਸੀ ਔਰ ਜ਼ਮੀਨ ਲਈ ਪਲਾਟ ਲੈ ਗੱਡੀਆਂ ਲਈਆਂ ਅਰਬਾਂ ਰੁਪਇਆ ਕੈਸ਼ ਲਈ ਔਰ ਹੋਰ ਪਤਾ ਨਹੀਂ ਹੀਰੇ ਜਵਾਰਾਤ ਡਾਇਮੰਡ 6 ਕਰਾਟ 15 ਕਰਾਟ 20 ਕਰਾਟ ਇਹ ਸਾਰਾ ਕੁਝ ਲਿਆ ਔਰ ਇਹਦੇ ਵਿੱਚ ਗ੍ਰਿਫਤਾਰੀ ਜਿਹੜੀ ਹੈ اٹਕ ਜੇਲ ਦੇ ਵਿੱਚ ਖਾਨ ਸਾਹਿਬ ਦੀ ਉਹ ਅਟਕਾ ਦਿੱਤੀ ਗਈ ਹੈ ਠੀਕ ਹੋ ਗਿਆ ਨਾ ਤੇ ਵਡੀਆਂ ਖਬਰਾਂ ਨੇ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਤੁਰੀਏ ਤੁਹਾਡੇ ਅੱਗੇ ਇਹ ਹਮੇਸ਼ਾ ਹੀ ਗੁਜ਼ਾਰਿਸ਼ ਹੁੰਦੀ ਹੈ ਕਿ ਤੁਸੀਂ ਸਾਡਾ ਚੈਨਲ ਜਿਹੜਾ ਸਿਆਸੀ ਦਰ ਹੈ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰ ਲਓ ਔਰ ਲਾਈਕ ਦਾ ਬਟਨ ਲਾਜ਼ਮੀ ਦਬਾਇਆ ਕਰੋ ਜਦੋਂ ਤੁਸੀਂ ਵੀਡੀਓ ਵੇਂਦੇ ਹੋ ਔਰ ਤੁਸੀਂ ਇਹਦੇ ਤੇ ਕਮੈਂਟ ਜਿਹੜਾ ਉਹ ਲਾਜ਼ਮੀ ਕਰਿਆ ਕਰੋ ਅੱਛਾ ਜਾਂ ਬੁਰਾ ਪਿਆਰ ਕਰੋ ਜਾਂ ਗਾਲੀ ਦੋ ਲਾਜ਼ਮੀ ਦਿਆ ਕਰੋ ਆਪਣਾ ਇਜ਼ਹਾਰ ਤੁਸੀਂ ਲਾਜ਼ਮੀ ਕਰਿਆ ਕਰੋ ਠੀਕ ਹੋ ਗਿਆ ਨਾ ਜੀ ਤੇ ਖਬਰਾਂ ਨੇ ਜਨਾਬ ਬੰਦਿਆਲ ਦਾ ਆਖਰੀ ਦਿਨ ਵੱਡੇ ਜਰਨੈਲ ਆਸਤੇ ਜੇਲ੍ਹ ਤਿਆਰ ਇਹ ਕੀ ਮਾਮਲਾ ਹੈ ਇਹ ਅਸੀਂ ਤੁਹਾਡੇ گوشਗੁਜ਼ਾਰ ਕਰਨਾ ਹੈ ਅੱਛਾ ਜੀ ਅੱਗੇ ਆਜੋ ਸੁਪਰੀਮ ਕੋਰਟ ਦਾ ਜੱਜ ਮੁਜ਼ਾਹਿਰ ਅਲੀ ਨਕਵੀ ਉਹਦਾ ਅਸਤੀਫਾ ਵੀ ਵੱਟ ਤੇ ਪਿਆ ਇਹ ਕੀ ਮਾਮਲਾ ਹੈ ਇਹ ਮਜ਼ਹਰ ਅਲੀ ਨਕਵੀ ਕੌਣ ਹੈ ਕਿਸ ਨਾਮ ਤੋਂ ਮਸ਼ਹੂਰ ਹੈ ਉਹਦੇ ਮੁੰਡੇ ਕੀ ਕਰਦੇ ਨੇ ਇਹ ਸਾਰਾ ਕੁਝ ਅਸੀਂ ਤੁਹਾਨੂੰ ਦੱਸਣਾ ਹੈ ਇਹਨਾਂ ਦਾ ਤੰਦਾ ਗੰਦਾ ਕੀ ਹੈ ਇਹ ਅਸੀਂ ਤੁਹਾਡੇ ਸਾਹਮਣੇ ਖੋਲ ਕੇ ਢਿਬਰੀ ਜਿਹੜੀ ਹੈ ਉਹ ਟੈਟ ਕਰਨੀ ਹੈ ਅੱਗੇ ਆ ਜਾਓ ਜੀ ਬਗਾਵਤ ਕੇਸ ਫਵਾਦ ਚੌਧਰੀ ਤੇ ਫਰਦੇ ਜੁਰਮ ਤੇ ਗ੍ਰਿਫਤਾਰੀ ਮਤਲਬ ਇਸ ਤਰ੍ਹਾਂ ਮਤਲਬ ਪਿੰਡਾਂ ਥਾਵਾਂ ਦੇ ਵਿੱਚ ਚੌਧਰੀਆਂ ਦੇ ਨਾਲ ਦੋ ਚਾਰ ਜਿਹੜੇ ਐਵੇਂ ਛੜਪੰਗੀਏ ਫਿਰਦੇ ਪਏ ਹੁੰਦੇ ਨੇ ਉਹ ਰਾਹ ਜਾਂਦੇ ਫਸ ਜਾਂਦੇ ਨੇ ਚੌਧਰੀ ਭਾਵੇਂ ਉਹ ਤਾਂ ਚੜ੍ਹੇ ਨਾ ਚੜ੍ਹੇ ਉਹ ਜਿਹੜੇ ਨਾਲ ਹੁੰਦੇ ਨੇ ਨਾ ਚੇਲੇ ਉਹ ਉ ਤਾਂ ਰਾਹ ਜਾਂਦੇ ਚੜ ਜਾਂਦੇ ਤੇ ਔਰ ਜ਼ਮਾਨ ਪਾਰ ਤੇ ਵਿੱਚ ਤੁਹਾਨੂੰ ਪਤਾ ਹੈ 2 ਮਹੀਨੇ ਪਹਿਲੇ ਚਲੇ ਜੋ 9 ਮਈ ਤੋਂ ਪਹਿਲੇ ਜਿਹੜਾ ਉਥੇ ਮਜਮਾ ਲੱਗਾ ਹੁੰਦਾ ਸੀ ਔਰ ਕਿਹੜੀ ਕਿਹੜੀ ਜ਼ਾਤ ਦੀ ਉਥੇ ਮਾਈ ਆਈ ਹੁੰਦੀ ਸੀ ਮੇਕਅਪ ਛਾੜ ਕੇ ਉਪਟਨ ਸ਼ੁਪਟਨ ਲਾ ਕੇ ਔਰ ਵਾਲ ਸ਼ਾਲ ਮਨਕਿ ਲੱਤਾਂ ਦੇ ਸਾਰੇ ਹਰਸ਼ਾ ਕੱਚਾਂ ਕੁੱਚਾਂ ਦੇ ਢੇਠੋਂ ਉਤੋਂ ਤੇ ਐਸਾ ਐਸਾ ਮੇਕਅਪ ਡਿਫੈਂਸ ਤੋਂ ਔਰ ਬਹਿਰੀਆ ਟਾਊਨ ਤੋਂ ਕਰਕੇ ਜਿਹੜੀ ਉਹ ਜਸਜਸਾਦ ਦੀ ਅਮੀਰ ਮਾਈ ਉਥੇ ਆਈ ਹੁੰਦੀ ਸੀ ਤੇ ਫਵਾਦ ਚੌਧਰੀ ਵਰਗੇ ਜਿਨ੍ਹਾਂ ਦੇ ਮੂੰਹ 'ਚ ਹਰ ਵਕਤ ਬੀਰ ਦੀ ਬੋਹ ਹੁੰਦੀ ਔਰ ਢਿੱਡ ਤੋਂ ਪਸੀਨੇ ਦੀ ਬੋਹ ਹੁੰਦੀ ਹੈ ਤੇ ਇਹ ਬੜੇ ਬੜੇ ਉਥੇ ਚਾਹ ਕੇ ਤੇ ਪਿਗਲ ਜਾਂਦੇ ਸੀ ਔਰ ਅਜੀਬੋ ਗਰੀਬ ਕਿਸਮ ਦੇ ਨਾਰੇਬਾਜ਼ੀ ਔਰ ਹਰਕਤਾਂ ਜਿਹੜੀਆਂ ਉਹ ਸ਼ੁਰੂ ਕਰ ਦਿੰਦੇ ਸੀ ਮਤਲਬ ਫਵਾਦ ਚੌਧਰੀ ਤੇ ਕੋਲੋਂ ਜਿਹੜੀ ਬੋਹ ਆਉਂਦੀ ਪਸੀਨੇ ਦੀ ਉਹ ਮੱਜਾਂ ਦੇ ਵਾੜੇ 'ਚ ਉਸ ਤਰ੍ਹਾਂ ਦੀ ਬੋਹ ਨਹੀਂ ਆਉਂਦੀ ਜਿਹੜੀ ਫਵਾਦ ਚੌਧਰੀ ਕੋਲ ਆਉਂਦੀ ਠੀਕ ਹੈ ਨਾ ਜੀ ਨਾਲ ਕਾਲਖ ਵੀ ਡਿੱਗਦੀ ਏ ਪਸੀਨੇ ਦੇ ਉਸ ਬੰਦੇ ਦੀ ਇਹ ਰਾਹ ਜਾਂਦਾ ਫਸ ਗਿਆ ਔਰ ਮੈਂ ਬੜੀ ਦੇਰ ਤੱਕ ਕਹਿ ਰਿਹਾ ਸੀ ਕਿ ਕਈਆਂ ਨੇ ਰਾਹ ਜਾਂਦੇ ਨੇ ਜਿਹੜਾ ਨਾ ਉਹ ਟਿਬਰੀ ਜਿਹੜੀ ਆ ਉਹ ਟੈਟ ਕਰਾ ਲੈਣੀ ਸਮਝ ਆ ਗਈ ਤੇ ਇੱਥੋਂ ਹੀ ਅਸੀਂ ਸ਼ੁਰੂ ਕਰਨੇ ਆ ਬਗਾਵਤ ਕੇਸ ਫਵਾਦ ਚੌਧਰੀ ਤੇ ਫਰਦੇ ਜੁਰਮ ਤੇ ਗ੍ਰਿਫਤਾਰੀ ਇਹ ਤੁਹਾਨੂੰ ਯਾਦ ਹੋਵੇਗਾ ਫਵਾਦ ਚੌਧਰੀ ਸਾਹਿਬ ਨੇ ਜ਼ਮਾਨ ਪਾਰਕ ਦੇ ਵਿੱਚ ਇੱਕ ਬਦਨਾਮ ਜਮਾਨਾ ਗਾਣਾ ਗਾਇਆ ਸੀ ਕੋਈ 2-250 ਆਵਾਰਾ ਮਾਈਆਂ ਮੇਕਅਪ ਕਰਕੇ ਵਾਲ ਸ਼ਾਲ ਮਨਵਾ ਕੇ ਐਂ ਤੇਲ ਤੁੰਬਾ ਲਾ ਕੇ ਪੱਟਾਂ ਨੂੰ ਤੇ ਸਾਹਮਣੇ ਖਲੋਤੀਆਂ ਸੀ ਟੈਟ ਕੱਪੜੇ ਪਾ ਕੇ ਐਨਕਾਂ ਛੜਕਾਂ ਵੀ ਲਾ ਕੇ ਕਾਲੀਆਂ ਔਰ ਪੂਰਾ ਇੰਜਨਾ ਪੂਰਾ ਬਡਾਵੀਆਂ ਬਣ ਕੇ ਸਾਹਮਣੇ ਖਲੋਤੀਆਂ ਸੀ ਸਮਝਿਆ ਕਰੋ ਨਾ ਮੈਂ ਕਿਹਾ ਬ ਨਾਲ ਜਰਾ ਪੂਰੀ ਚਸ ਵੀ ਤੁਹਾਨੂੰ ਦੇ ਆ ਮਨਜ਼ਰਨਾਮਾ ਅਸੀਂ ਦੇਣਾ ਹੁੰਦਾ ਇਹਦੇ ਵਿੱਚ ਬਾਜ਼ ਦਫਾ ਖਵਤਿੰਸ ਸਾਨੂੰ ਕੈਨੇਡਾ ਤੋਂ ਵੀ ਫੋਨ ਕਰਕੇ ਕਹਿੰਦੀਆਂ ਨੇ ਕਿ ਜੀ ਜਰਾ ਮੰਜ਼ਰਨਾਮਾ ਥੋੜਾ ਘੱਟ ਰੱਖਿਆ ਕਰੋ ਜਿਹੜਾ ਜਿਹੜੀ ਗੱਲ ਸੱਚ ਏ ਜੀ ਉਹ ਸੱਚ ਏ ਅਸੀਂ ਅਸੀਂ ਸੱਚ ਨੂੰ ਤਾਂ ਨਹੀਂ ਨਾ ਛੁਪਾ ਸਕਦੇ ਜਿਹੜੀ ਗੱਲ ਠੀਕ ਏ ਉਹ ਠੀਕ ਏ ਜਿਹੜੀ ਗਲਤ ਏ ਉਹ ਗਲਤ ਏ ਠੀਕ ਹੋ ਗਿਆ ਨਾ ਜੀ ਇਹ ਮਾਈਆਂ ਉਹ ਦੋ 2200 ਸਾਹਮਣੇ ਖਲੋਤੀਆਂ ਤੇ ਉੱਥੇ ਇਹਨਾਂ ਜਿਹੜੀ ਉਹ ਨਾਹਰੇਬਾਜ਼ੀ ਕੀਤੀ ਸੀ ਕਿ ਤੇਰਾ ਬਾਪ ਵੀ ਦੇਗਾ ਆਜ਼ਾਦੀ ਹਮ ਲੈ ਕੇ ਰਹਿੰਗੇ ਆਜ਼ਾਦੀ ਅਸੀਂ ਛੀਨ ਕੇ ਲਵਾਂਗੇ ਆਜ਼ਾਦੀ ਏ ਹੁਣ ਪਾਕ ਫੌਜ ਨੂੰ ਸਿੱਧਾ ਸਿੱਧਾ ਇਹ ਫਵਾਦ ਚੌਧਰੀ ਜਿਹੜਾ ਨੇ ਇਹ ਕਹਿ ਰਿਹਾ ਸੀ ਬੀਅਰ ਦੇ ਦੋ ਕੈਨ ਮੇਰੇ ਮਿੱਠੇ ਇਹ ਫਵਾਦ ਨੇ ਪੀਤੇ ਸੀ ਔਰ ਹਵਾ ਦੇ ਕੋੜੇ ਹੋਇਆ ਸੀ ਔਰ ਸਾਹਮਣੇ ਖੂਬਸੂਰਤ ਮਾਇਆ ਡਿਫੈਂਸ ਔਰ ਬੈਰੀਆ ਟਾਊਨ ਦੀਆਂ ਔਰ ਮਾਡਲ ਟਾਊਨ ਦੀਆਂ ਔਰ ਪਤਾ ਨਹੀਂ ਗੁਲਬਰਗ ਦੀਆਂ ਆਂਟੀਆਂ ਟਾਈਪ ਜਿਹੜੀਆਂ ਫੁੱਲ ਜਿਨ੍ਹਾਂ ਦੇ ਬੰਦੇ ਅਮਰੀਕਾ ਬ੍ਰਿਟਾਨੀਆ ਚ ਡਾਕਟਰ ਇੰਜੀਨੀਅਰ ਤੇ ਪਤਾ ਨਹੀਂ ਕੀ ਕੀ ਨੇ ਉੱਥੇ ਉਹ ਫੁੱਲ ਮਜ਼ੇ ਕਰਦੀਆਂ ਸੀ ਜ਼ਮਾਨ ਪਾਰ ਕੀ ਚੁੰਬਾ ਜੋੜੀ ਕੇਰ ਕੇ ਤਰਾਤ ਨੂੰ ਨਾਲ ਲੈ ਜਾਣੇ ਤੇ ਉੱਥੇ ਅੱਗੋਂ ਫਿਰ ਸਾਰਾ ਸਬਾਬ ਕਰਨਾ ਹੁਣ ਉਹਦੇ ਵਿੱਚ ਕੀ ਸਾਰੀਆਂ ਗੱਲਾਂ ਮੈਂ ਤਨ ਦੱਸਾਂ ਉਹ ਇਹਨੇ ਜਦੋਂ ਉਹ ਨਾਰੇਬਾਜ਼ੀ ਕੀਤੀ ਕਿ ਉਕਸਾਰ ਆ ਫਿਰ ਅੱਗੋਂ ਫਿਰ ਲੋਕੀ ਉਹਦੇ ਤੇ ਰੱਦੇ ਅਮਲ ਦੇ ਰਹੇ ਨੇ ਔਰ ਫੌਜ ਦੇ ਖਿਲਾਫ ਨਾਰੇ ਲਾ ਰਹੇ ਨੇ ਅਸਮਨੀਰ ਸਾਹਿਬ ਦੇ ਖਿਲਾਫ ਨਾਰੇ ਲੱਗ ਰਹੇ ਨੇ डीजीआईएसआई ਦੇ ਖਿਲਾਫ ਨਾਰੇ ਲੱਗ ਰਹੇ ਨੇ ਜਨਰਲ ਫੈਸਲ ਨਸੀਰ ਦੇ ਖਿਲਾਫ ਨਾਰੇ ਲੱਗ ਰਹੇ ਨੇ ਲਵਾ ਕੌਣ ਰਿਹਾ ਫਵਾਦ ਚੌਧਰੀ ਹੁਣ ਇਹਦੇ ਤੇ ਉਹ ਮੁਕਦਮਾ ਦਰਜੇ ਬਗਾਵਤ ਦਾ ਲੋਕਾਂ ਨੂੰ ਰਿਆਸਤ ਪਾਕਿਸਤਾਨ ਦੇ ਖਿਲਾਫ ਉਕਸਾਉਣ ਦਾ ਮੁਕਦਮਾ ਉਹਦੀ ਹੁਣ ਵੀਡੀਓ ਮੌਜੂਦ ਹਨਕਾਰ ਵੀ ਨਹੀਂ ਕਰ ਸਕਤ ਕਿ ਮੈਂ ਨਹੀਂ ਕੀਤਾ ਇਹ ਮੈਂ ਹੈ ਹੀ ਨਹੀਂ ਮਤਲਬ ਅਨਕਾਰੀ ਵੀ ਨਹੀਂ ਨਾ ਹੋ ਸਕਤਾ ਉਹ ਹੁਣ ਇਹ ਕੇਸ ਜਿਹੜਾ ਇਹ ਮੰਤਕੀ ਅੰਜਾਮ ਆਲ ਜਾ ਰਿਹਾ ਉਹ ਜਿਹੜਾ ਪਰਚਾ ਹੋਇਆ ਸੀ ਯਾਦ ਹੈ ਉਹਦੇ ਵਿੱਚ ਦੋ ਵਾਰਾ ਗ੍ਰਿਫਤਾਰ ਵੀ ਹੋਇਆ ਸੀ ਤੇ ਉਸ ਤੋਂ ਬਾਅਦ ਜ਼ਮਾਨਤ ਹੋ ਗਈ ਸੀ ਜਦੋਂ ਨਸਿਆ ਸੀ ਗੱਡੀ ਤੋਂ ਲੈ ਕੇ ਅਦਾਲਤ ਦੇ ਵਿੱਚ ਯਾਦ ਜੇ ਕਿਨ ਜੇ ਯਾਦ ਮੈਂ ਕਹਾਂ ਮੈਂ ਯਾਦ ਕਰਵਾ ਦਿਆ ਇਹਦੇ ਵਿੱਚ ਹੁਣ 27 ਤਰੀਕ ਨੂੰ ਫਵਾਦ ਭਾਈ ਜਿਹੜੇ ਨੇ ਸਾਡੇ ਮਿੱਠੇ ਇਹਨਾਂ ਦੇ ਉੱਤੇ ਫਰਦੇ ਜੁਰਮ ਆਈ ਦੋਣੀ ਉਸ ਬਗਾਵਤ ਵਾਲੇ ਕੇਸ 'ਤੇ ਜਿਹਦੇ ਵਿੱਚ ਇਹ ਫੌਜ ਕੋਲੋਂ ਆਜ਼ਾਦੀ ਲੈਂਦੇ ਸੀ ਪੈ ਸਾਹਮਣੇ ਮਾਈਆਂ ਖਿਲਾਰ ਕੇ ਨਾ ਮੇਕਅੱਪ ਕਰਵਾ ਕੇ ਉਹਨਾਂ ਦੇ ਸਾਹਮਣੇ ਇਹ ਹੀਰੋ ਬਣ ਕੇ ਤੇ ਆਜ਼ਾਦੀ ਫੌਜ ਕੋਲੋਂ ਲੈ ਰਿਆ ਸੀ ਔਰ ਉਹਨਾਂ ਕੋਲੋਂ ਗਲਮਗਲੋਚ ਕਰਵਾ ਰਿਆ ਸੀ ਪਾਕ ਫੌਜ ਦੇ ਉੱਤੇ ਇਹ 9 ਮਈ ਤੋਂ ਪਹਿਲੇ ਦੀ ਗੱਲ ਹੈ 2-4 ਦਿਨ ਜਦੋਂ ਮੌਲ ਬਣਾਇਆ ਜਾ ਰਿਹਾ ਸੀ ਪੂਰਾ ਠੀਕ ਹੈ ਨਾ ਪੂਰਾ ਜਦੋਂ ਸਜਾਇਆ ਜਾ ਰਿਹਾ ਸੀ ਮੌਲ ਤੇ ਜਨਾਬ ਪੂਰੀ ਗੇਮ ਜਿਹੜੀ ਤਿਆਰ ਕੀਤੀ ਸੀ ਹੁਣ ਇਹ ਫਵਾਦ ਭਾਈ ਜਿਹੜੇ ਸਾਡੇ ਮਿੱਠੇ ਨੇ ਇਹਨਾਂ ਤੇ ਫਰਦੇ ਜੁਰਮ ਆਇਦ ਹੋਣੀ ਹੈ 27 ਤਰੀਕ ਨੂੰ ਆ 27 ਸਤੰਬਰ ਨੂੰ ਤੇ ਜ਼ਹਰੀ ਗੱਲ ਹੈ ਫਿਰ ਗ੍ਰਿਫਤਾਰੀ ਵੀ ਪੈ ਗਈ ਤੇ ਫਵਾਦ ਭਾਈ ਤੁਸੀਂ ਤਿਆਰੀ ਕਰ ਲਓ ਤੇ ਆਜ਼ਾਦੀ ਹੁਣ ਤੁਹਾਨੂੰ ਮਿਲ ਜਾਣੀ ਹੈ ਜੇਲ੍ਹ ਦੇ ਵਿੱਚ ਇਹਦੀ ਹੁਣ ਪਤਾ ਨਹੀਂ 7 ਸਾਲ ਸਜ਼ਾ ਹੈ ਜਾਂ 14 ਸਾਲ ਹੈ ਜਾਂ 6 ਸਾਲ ਹੈ ਜਾਂ 3 ਸਾਲ ਹੈ ਇਹ ਹੁਣ ਤੁਹਾਡੇ ਮੁਕਦਰਾਂ ਦੇ ਵਿੱਚ ਮੇਰੇ ਅੰਦਾਜ਼ੇ ਦੇ ਮੁਤਾਬਕ ਫਵਾਦ ਬਈ ਲਿਖੀ ਜਾ ਚੁੱਕੀ ਹੈ ਫਵਾਦ ਤਰਲੇ ਤੇ ਬੜੇ ਕਰ ਰਿਹਾ ਹੈ ਤਲਕਾਤ ਵੀ ਉਹਦੇ ਬੜੇ ਨੇ ਮਿੰਤਾ ਵੀ ਕਰ ਰਿਹਾ ਹੈ ਨਸ ਭੱਜ ਵੀ ਰਿਹਾ ਉਹਦੀ ਵਾਈਫ ਵੀ ਨਸ ਭੱਜ ਰਹੀ ਹੈ ਕਿ ਸ਼ਾਹ ਜੀ ਮaaf ਕਰ ਦਿਓ ਲੇਕਿਨ ਮੇਰਾ ਨਹੀਂ ਅੰਦਾਜ਼ਾ ਕਿ ਉਧਰ ਕੋਈ ਕਿਸੇ ਕਿਸਮ ਦਾ ਕੋਈ ਨਰਮ گوشਾ ਹੈ ਉਥੇ ਪੂਰਾ ਸੁਹਾਗਾ ਇੱਕੋ ਵਰ ਗਈ ਹੈ ਹਰ ਅਮੀਰ ਗਰੀਬ ਬਰਾਬਰ ਹੈ ਠੀਕ ਹੋ ਗਿਆ ਨਾ ਤੇ ਇਫਵਾਦ ਸਾਹਿਬ ਨੇ ਰਾਹ ਜਾਂਦੇ ਜਿਹੜੀ ਹੈ ਨਾ ਇਹ ਥੋ ਇਕੱਠਾਈ ਕਰਵਾ ਲੈਣੀ ਹੈ ਅੱਗੇ ਆ ਜਾਓ ਸੁਪਰੀਮ ਕੋਰਟ ਦਾ ਜੱਜ ਮੁਜ਼ਾਹਿਰ ਅਲੀ ਨਕਵੀ ਉਹਦਾ ਅਸਤੀਫਾ ਉਹਦੀ ਬਾਜ਼ਗਸ਼ਤ ਜਿਹੜੀ ਉਹ ਮਾਰਕੀਟ ਦੇ ਵਿੱਚ ਆ ਗਈ ਹੈ ਇਹ ਮੁਜ਼ਾਹਿਰ ਅਲੀ ਨਕਵੀ ਜਿਹੜਾ ਇਹ ਬੜਾ ਕਰਪਟ ਔਰ ਮੁਲਕ ਦੁਸ਼ਮਣ ਆਦਮੀ ਹੈ ਇਹ ਸੁਪਰੀਮ ਕੋਰਟ ਦਾ ਜਿਹੜਾ ਚਾਚਾ ਹੈ ਇਹ ਸਮਝੋ ਕਿ ਫੈਜ਼ ਉਮੀਦ ਦਾ ਸੱਜਾ ਸੀ ਜਿਵੇਂ ਬੰਦੇ ਆਲ ਫੈਜ਼ ਉਮੀਦ ਦਾ ਖੱਬਾ ਸੀ ਨਾ ਇਹ ਮੁਜ਼ਾਹਿਰ ਨਕਵੀ ਸੱਜਾ ਸੀ ਇਹ ਫੈਜ਼ ਉਮੀਦ ਦੇ ਥੱਲੇ ਜਿਹੜੇ ਇਹ ਚਮਗਾਦੜ ਬੈਠੇ ਸੀ ਨਾ ਸਿਸਟਮ ਨੂੰ ਕੰਟਰੋਲ ਕਰਨ ਵਾਲੇ ਇਹ ਉਹਨਾਂ ਦੇ ਵਿੱਚ ਵੀ ਇੱਕ ਸੀ ਔਰ ਲਾਹੌਰ ਦੇ ਵਿੱਚ ਇਹ ਔਰ ਇਹਦੇ ਮੁੰਡੇ ਜਿਹੜੇ ਨੇ ਮਰਤਜ਼ਾ ਤੇ ਮੁਸਤਾਫਾ ਮੇਰੇ ਖਿਆਲ ਉਹਨਾਂ ਦਾ ਨਾਮ ਹੈ ਉਹਨਾਂ ਨੇ ਜਿੰਨਾ ਕੁ ਜ਼ਮੀਨਾਂ ਤੇ ਕਬਜ਼ੇ ਕੀਤੇ ਪਲਾਟਾਂ ਤੇ ਕਬਜ਼ੇ ਕੀਤੇ ਇਹ ਜਿਹੜੀਆਂ ਖਵaties وفات پا ਚੁੱਕੀਆਂ ਨੇ ਉਹਨਾਂ ਦੇ ਪਲਾਜ਼ਿਆਂ ਤੇ ਕਰਾਂ ਤੇ ਇਹ ਟਰਸਟ ਜਿਹੜੇ ਉਹਨਾਂ ਬਣਾਏ ਸੀ ਉਹਨਾਂ ਤੇ ਇਹਨਾਂ ਨੇ ਮੈਨ ਅਖੀਰ ਕਰ ਦਿੱਤੀ ਹੈ ਗੁਜਰਾਂਵਾਲਾ ਦੇ ਵਿੱਚ ਵੀ ਉਹਨਾਂ ਦੇ ਕਬਜ਼ੇ ਕਲੋਨੀਆਂ ਹਾਊਸਿੰਗ ਸੁਸਾਇਟੀਆਂ ਮਤਲਬ ਕਿ ਖਰਪਤੀ ਬਣ ਚੁੱਕੇ ਨੇ ਫੈਜ਼ ਉਮੀਦ ਦੇ ਥੱਲੇ ਹੁਣ ਇਹ ਫੈਜ਼ ਉਮੀਦ ਦਾ ਖੱਬਾ ਸੀ ਤੇ ਇਹ ਖਰਪਤੀ ਏ ਤੇ ਫੈਜ਼ ਉਮੀਦ ਕਿੱਥੇ ਹੋਏਗਾ ਸੋਚਣ ਵਾਲੀ ਗੱਲ ਹੈ ਨਾ ਜੇ ਖੱਬਾ ਜਿਹੜਾ ਫੈਜ਼ ਉਮੀਦ ਦਾ ਉਹ ਖਰਪਤੀ ਬਣ ਗਿਆ ਸੁਪਰੀਮ ਕੋਰਟ 'ਚ ਬੈ ਕੇ ਤੇ ਫੈਜ਼ ਉਮੀਦ ਜਿਹਦਾ ਉਹ ਖੱਬਾ ਸੀ ਉਹ ਕਿੱਨਾ ਉਥਾ ਨਿਕਲ ਗਿਆ ਹੁਣ ਇਹ ਖਰਪਤੀ ਬਣ ਗਿਆ ਤੇ ਉਹ ਕਿੱਥੇ ਹੋਣਾ ਨਾਲ ਬੰਦੇ ਆਲ ਜਿਹੜਾ ਸੱਜਾ ਸੀ ਉਸ ਕਿੱਥੇ ਹੋਣਾ ਮਤਲਬ ਗੱਲ ਸਿੱਧੀ ਔਰ ਖਰੀ ਕਰਨੀ ਚਾਹੀਦੀ ਡਰਨਾ ਕੀ ਉਹ ਗਾਣਾ ਜਿਹੜਾ ਜਦੋਂ ਪਿਆਰ ਕੀਤਾ ਤੇ ਡਰਨਾ ਫਿਰ ਕੀ ਮਿੱਠਾ ਜੀ ਹੈ ਕਾਹਦੇ ਕਿਦਾਂ ਡਰ ਤੇ ਕਾਹਦਾ ਡਰ ਤੇ ਕਿਦੇ ਕੋਲੋਂ ਡਰ ਵਤਨ ਦੀ ਖਾਤਰ ਅਸੀਂ ਤੇ ਹਰ ਵਕਤ ਰੈਡੀ ਆ ਕੋਈ ਸਾਡੀ ਜਾਨ ਲੈਣਾ ਚਾਹੁੰਦਾ ਤੇ ਪ੍ਰੋਬਲਮ ਹੀ ਕੋਈ ਨਹੀਂ ਇਹ ਛੋਟਾ ਜਿਹਾ ਤੋਹਫਾ ਹੋਏਗਾ ਆਪਣੀ ਆਵਾਮ ਵਾਸਤੇ ਆਪਣੀ ਕੌਮ ਵਾਸਤੇ ਮਿੱਠਾ ਜੀ ਵੱਲੋਂ ਠੀਕ ਹੋ ਗਿਆ ਇਹ ਜਿਹੜਾ ਇਹ ਹੁਣ ਇਹਦੇ ਖਿਲਾਫ ਹੁਣ ਕਈ ਕੇਸ ਨੇ ਰੈਫਰੈਂਸ ਵੀ ਬਣ ਚੁੱਕੇ ਨੇ ਸੁਪਰੀਮ ਕੋਰਟ ਵਿੱਚ ਇਹ ਹੁਣ ਪਤਾ ਕਿਦੜੇ ਲੱਗਦਾ ਪਿਆ ਵੇ ਕਾਜ਼ੀ ਆ ਰਿਹਾ ਤੇ ਸਭ ਤੋਂ ਪਹਿਲੇ ਉਹਨੇ ਮੇਰਾ ਜਿਹੜਾ ਨਾ ਉਹ ਹਸਾਬ-ਤਬ ਕਰਨਾ ਉ ਤਾਂ ਛਾੜਨਾ ਯਾਨੀ ਕਿ ਖਾਤਾ ਗੋਲ ਕਰਨਾ ਤੇ ਬਜਾਏ ਇਸ ਦੇ ਕਿ ਮੈਂ ਰੈਫਰੈਂਸ ਜਿਹੜੇ ਮੇਰੇ ਖਿਲਾਫ ਆਏ ਨੇ ਕ੍ਰਪਸ਼ਨ ਦੇ ਔਰ ਕਈ ਹਜ਼ਾਰ ਖਾਤੇ ਨੇ ਦੇ ਤੇ ਮੈਂ ਅਸਤੀਫਾ ਦੇ ਕੇ ਨਿਕਲ ਜਾ ਇਹ ਹੁਣ مشورہ સલાਹ ਕਰਦਾ ਵੇ ਸੱਜੇ ਖਾਪੇ ਆਪਣੇ ਯਾਰਾਂ ਬੇਲੀਆਂ ਦੇ ਨਾਲ ਕਿ ਮੈਂ ਕਿਸ ਤਰ੍ਹਾਂ ਜਿਹੜਾ ਨਾ ਇਸ ਇੱਕ ਕਾਜ਼ੀ ਕੋਲੋਂ ਮੈਂ ਕਿਸ ਤਰ੍ਹਾਂ ਬਚਾ ਤੇ ਮੇਰਾ ਨਹੀਂ ਅੰਦਾਜ਼ਾ ਕਿ ਇਹਦੀ ਬਚਤ ਹੋਣੀ ਹੈ ਔਰ ਇਹਦੇ ਖਿਲਾਫ ਤੇ ਨੈਪ ਦੇ ਕੇਸ ਵੀ ਬਣਨੇ ਚਾਹੀਦੇ ਨੇ ਐਫ ਆਈਏ ਵੀ ਮਦਦਰਕ ਹੋਣੀ ਚਾਹੀਦੀ ਏ ਐਂਟੀ ਕ੍ਰਾਪਸ਼ਨ ਵੀ ਹੋਣੀ ਚਾਹੀਦੀ ਏ ਔਰ ਵੀ ਹੋਰ ਇਹਦੇ ਜੁਰਾਇਮ ਜਿਹੜੇ ਨੇ ਉਹ ਵੀ ਇਹਦੀ ਆਡੀਓ ਲੀਕਾ ਤੁਹਾਡੇ ਸਾਹਮਣੇ ਪ੍ਰਵੇਜ਼ ਲਾਈ ਦੇ ਨਾਲ ਆਈਆਂ ਸਾਰਾ ਕੁਝ ਸਭ ਨੂੰ ਪਤਾ ਕਿੰਨੂੰ ਨਹੀਂ ਪਤਾ ਕੌਣ ਹੈ ਜਿੰਨੀ ਪਤਾ ਇਹਨਾਂ ਲੋਕਾਂ ਦੀ ਕ੍ਰਾਪਸ਼ਨ ਦਾ ਔਰ ਬਦਮਾਸ਼ੀਆਂ ਦਾ ਔਰ ਜਿੰਨੀਆਂ ਕੋ ਪ੍ਰਾਪਰਟੀਆਂ ਨੇ ਖਰੀਦੀਆਂ ਨੇ ਫੈਜ਼ ਅਮੀਦ ਦੇ ਥਲੇ ਇਹ ਕੰਮ ਕਰਕੇ ਪਿਛਲੇ 4-5 ਸਾਲਾਂ ਚ ਤੁਸੀਂ ਉਹੀ ਵੇਚਦੇ ਹੋ ਤੇ ਆ ਆਟਾ ਚੀਨੀ ਤੇ ਉੰਜ ਹੀ 10-10 ਰੁਪਏ ਕਿਲੋ ਤੇ ਆ ਜਾਏਗੀ। ਤੇ ਸ਼ਾਹ ਜੀ ਇਸ ਪਾਸੇ ਵੀ ਜ਼ਰਾ ਸੋਚ ਲਈਏ ਸੀ। ਇਸ ਤਰ੍ਹਾਂ ਦੇ ਜਿਹੜੇ ਜੱਜ ਨੇ ਮੁਨੀਬ ਅਖਤਰ ਹੋ ਗਿਆ, ਬੰਦਿਆਲਾ ਹੋ ਗਿਆ, ਇਹ ਹੋ ਗਿਆ, ਲੋਰ ਹਾਈ ਕੋਰਟ ਦਾ ਚੀਫ ਜਸਟਿਸ ਹੋ ਗਿਆ, ਇੱਕ ਦੋ ਹੋਰ ਹੋ ਗਏ। ਇਹਨਾਂ ਦੀਆਂ ਪ੍ਰਾਪਰਟੀਆਂ ਵੇਚ ਕੇ ਸ਼ਾਹ ਜੀ ਤੇ ਇਹ ਫਰਾਵਾਨੀ ਕਰ ਦਿਓ। ਆਟਾ ਚੀਨੀ ਕੌਡੀ-ਕੌਡੀ ਹੋ ਜਾ। ਹਵਾਮ ਜਿਹੜੀ ਉਹ ਬਿਲਕੁਲ ਅਜ ਨਰੇ ਮਾਰੇ ਸ਼ਾਹ ਜੀ ਤੁਹਾਡੇ ਇਧਰ ਵੀ ਧਿਆਨ ਦਿਈਏ ਚਲੋ ਬਾਕੀ ਤੇ ਆਪਰੇਸ਼ਨ ਸ਼ਿਕਾਰੀ ਰਹੀ ਹੈ ਨਾ ਤੇ ਇਧਰ ਵੀ ਧਿਆਨ ਦਿਓ ਇਹ ਫੈਜ਼ ਦਾ ਨੈਟਵਰਕ ਜਿਹੜਾ ਇਹਨਾਂ ਦੀਆਂ ਜਾਦਾਦਾਂ ਵਿੱਚੋਂ ਵੇਚ ਕੇ عوام ਨੂੰ ਫਰਵਾਨੀ ਦਿਓ ਹਰ ਚੀਜ਼ ਦੀ ਸਬਜ਼ੀਆਂ ਘਿਓ ਆਟਾ ਚੀਨੀ ਦਾਲਾਂ ਇਹ ਥੱਲੇ ਡਿੱਗਣ ਫਰਵਾਨੀ ਕਰ ਦਿਓ ਔਰ ਦੁਨੀਆ ਕਿਆਮਤ ਤੁਹਾਡਾ ਨਾਮ ਜਿਹੜਾ ਇਹ ਵਜਦਾ ਰਣਾ ਸ਼ਾਹ ਜੀ ਇਸ ਪਾਸੇ ਵੀ ਤੁਰੀਏ ਅੱਛਾ ਜੀ ਇਹ ਤੇ ਹੋ ਗਿਆ ਮਜ਼ਾ ਟਰੱਕਾਂ ਵਾਲਾ ਟ੍ਰੱਕਾਂ ਵਾਲੇ ਦੇ ਨਾਮ ਤੋਂ ਇਹ ਮਸ਼ਹੂਰ ਹੈ ਮਜ਼ਹਰ ਅਲੀ ਨਕਵੀ ਔਰ ਦੁਨੀਆ ਦੇ ਜਿੰਨੇ ਵੀ ਦੁਨੀਆ ਦੇ ਜਿੰਨੇ ਵੀ ਜੱਜ ਨੇ ਇਸ ਵਕਤ ਪੂਰੀ ਦੁਨੀਆ ਤੇ ਉਹਨਾਂ ਸਾਰਿਆਂ ਚੋਂ ਇੱਕ ਰੱਪਟਾ ਇਹ ਮਜ਼ਹਰ ਨਕਵੀ ਮੈਂ ਕਿਹਾ ਸਾਰੀ ਹਕੀਕਤ ਬਿਆਨ ਕਰਾਂ ਅੱਗੇ ਆਜੋ ਬੰਦਿਆਲ ਦਾ ਆਖਰੀ ਦਿਨ ਤੇ ਵੱਡੇ ਜਰਨਲ ਆਸਤੇ ਜੇਲ੍ਹ ਤਿਆਰ ਵੱਡੀ ਖਬਰ ਹੈ ਤੇ ਵੱਡਾ ਤਹਿਲਕੇ ਮਿੱਠਾ ਜੀ ਧਿਆਨ ਤੁਹਾਡਾ ਪੂਰਾ ਚਾਹੀਦਾ ਬੰਦਿਆਲ ਸਾਹਿਬ ਦਾ ਅੱਜ ਆਖਰੀ ਦਿਨ 15 ਤਰੀਖ 16 ਨੂੰ ਰਿਟਾਇਰ ਹੋ ਜਾਣਾ ਔਰ ਇਹਦੇ ਵਿੱਚੋਂ ਬੜਾ ਬੜਾ ਕੁਝ ਨਿਕਲਣਾ ਠੀਕ ਹੋ ਗਿਆ ਨਾ ਔਰ ਅਸੀਂ ਕੱਲ ਯੋਮਿਨ ਜਾਤ ਵੀ ਮਨਾਵਾਂਗੇ ਤੁਹਾਡੇ ਨਾਲ ਮਿਲ ਕੇ ਮਨਾਵਾਂਗੇ ਸਿਆਸੀ ਦੇਰਾ ਤੇ ਮਨਾਵਾਂਗੇ ਇਹ ਇੱਕ ਮੁਲਕ ਦੁਸ਼ਮਣ ਇਮਰਾਂਡੋ ਸੀ ਇਹ ਜਿਹੜਾ ਬੰਦਿਆਲ ਸੀ ਜਿਹਦਾ ਅੱਜ ਆਖਰੀ ਦਿਨ ਹੈ ਔਰ ਇਹਦੇ ਕੋਲ ਜਾਨ ਸਾਡੀ ਹੁਣ ਛੁੱਟਣ ਵਾਲੀ ਹੈ ਇਸ ਤੋਂ ਬਾਅਦ ਫਿਰ ਕਾਜ਼ੀ ਫਾਇਜ਼ ਇਸਾ ਸਾਹਿਬ ਨੇ ਆਣਾ ਉਹਨਾਂ ਨੇ ਆਪਣਾ ਮਨਸਬ ਸੰਭਾਲਣਾ ਔਰ ਜਿਹੜੀ ਅਸੀਂ ਗੱਲ ਕਰਨੇ ਆ ਕਿ ਬੰਦਿਆਲ ਦਾ ਆਖਰੀ ਦਿਨ ਤੇ ਵੱਡੇ ਜਰਨੈਲ ਆਸਤੇ ਜੇਲ੍ਹ ਤਿਆਰ ਤਾਨੂੰ ਯਾਦ ਹੋਵੇਗਾ ਜਸਟਿਸ ਸ਼ੌਕਤ صدیਕੀ ਉਹਨੇ ਇਕਰਾ ਇਸਲਾਮਾਬਾਦ ਬਾਰ ਦੇ ਵਿੱਚ ਇਹ ਤਕਰੀਰ ਕੀਤੀ ਸੀ ਉਦੋਂ ਉਦੋਂ ਫੈਜ਼ ਹਮੀਦ ਇਨ ਜੀ ਸੀ ਕੇ ਜਿਵੇਂ ਬਾਦਸ਼ਾਹ ਸੀ ਪਾਕਿਸਤਾਨ ਦਾ ਨਿਆਜ਼ੀ ਦੇ ਨਾਲ ਮਿਲ ਕੇ ਅਸਲ ਬਾਦਸ਼ਾਹ ਤੇ ਫੈਜ਼ ਹਮੀਦ ਸੀ ਨਾ ਨਿਆਜ਼ੀ ਤੇ ਚਲੋ ਇੱਕ ਮੋਰਾ ਸੀ ਕਮ ਅਕਲ ਸੀ ਨਸ਼ਈ ਸੀ ਨਸ਼ਾ ਕਰਦਾ ਸੀ ਉਹਨੇ ਕਿਹਾ ਸੀ ਕਿ ਇਹ ਜਿਹੜਾ ਫੈਜ਼ ਹਮੀਦ ਇਹ ਅਮਰੀਕਾ ਆਇਆ ਔਰ ਇਹਨੇ ਆ ਕੇ ਕਿਆ ਕਰ ਨਵਾਜ਼ شریف ਨੂੰ ਸਜ਼ਾ ਦੇਣੀ ਸਾਰਾ ਸਨਾਰੀਓ ਪਨਾਮਾ ਵਾਲਾ ਦੇ ਅੱਗੋਂ ਤੇ ਚਖੜ ਤੇ ਨਿਆਜ਼ ਨੂੰ ਲਿਆਉਣਾ 2018 ਦਾ ਇਲੈਕਸ਼ਨ ਚੋਰੀ ਕਰਨਾ ਬੰਦੇ ਭਰਤੀ ਕਰਨੇ ਪੀਟੀਆਈ ਨੂੰ ਬਣਾ ਕੇ ਸਾਰਾ ਕੁਝ ਸੈਟ ਅਪ ਕਰਕੇ ਦੇਣਾ ਉਹ ਨਿਆਜ਼ੀ ਤੇ ਆਪਣੀ ਕੱਲੀ ਸੀਟ ਮੀਆਂ ਵਾਲੀ ਵਾਲੀ ਦੀ ਸੀ ਜਿੱਤ ਸਕਦਾ ਤੇ ਉਹਨੂੰ ਇਹ ਇਹ ਸੀਟਾਂ ਕਿਸ ਦਿੱਤੀਆਂ ਫੈਜ਼ ਮੀਜੀ ਦਿੱਤੀਆਂ ਨਾ ਔਰ ਉੱਥੋਂ ਡਿੱਗ ਗਈਆਂ ਉੱਥੋਂ ਡਿੱਗ ਗਈਆਂ ਮਿਠਾ ਜੀ ਹੈ ਇਸ ਸ਼ੌਕਤ ਸਿਦਕੀ ਦੀ ਕੀ ਦਾ ਹਜੇ ਵੀ ਹਲਫਨਾਮਾ ਪੇ ਹੈ ਸੁਪਰੀਮ ਕੋਰਟ ਚ ਤੇ ਬੰਦੇ ਆਲ ਥੱਲੇ ਲੈ ਕੇ ਬਿਠਾ ਆਇਓ ਕੇਸ ਨਹੀਂ ਚੱਲਦਾ ਪਿਆ ਫੈਜ਼ ਹਮੀਦ ਦੇ ਖਿਲਾਫ ਜਿਹੜਾ ਕੇਸ ਹੈ ਔਰ ਉਸ ਤੋਂ ਬਾਅਦ ਇੱਕ ਫੈਜ਼ਾਬਾਦ ਧਰਨੇ ਵਾਲਾ ਕੇਸ ਹੈ ਜਿਹੜਾ ਜਿਹੜਾ ਕਾਜ਼ੀ ਫੈਜ਼ ਈਸਾ ਸਾਹਿਬ ਨੇ 2017 ਚ ਉਹਦਾ ਫੈਸਲਾ ਸੁਣਾਇਆ ਸੀ ਜਦੋਂ ਸ਼ਾਹਦ ਖਕਾਨ ਅਬਾਸੀ ਦੀ ਹਕੂਮਤ ਸੀ ਔਰ ਸ਼ਾਹਦ ਖਕਾਨ ਅਬਾਸੀ ਦੀ ਹਕੂਮਤ ਦੇ ਖਿਲਾਫ ਫੈਜ਼ ਹਮੀਦ ਨੇ ਇੱਕ ਧਰਨਾ ਕਰਵਾਇਆ ਸੀ ਲਬੈਕ ਵਾਲਿਆਂ ਕੋਲ ਅਰੋ ਬਦਨਾਮੇ ਜ਼ਮਾਨਾ ਵੀਡੀਓ ਵੀ ਮੌਜੂਦ ਹੈ ਜਿਹਦੇ ਵਿੱਚ ਪੈਸੇ ਦਿੱਤੇ ਜਾ ਰਹੇ ਨੇ ਔਰ ਅੱਲਾ ਜੰਨਤ ਦੇ ਇਲਬੈਕ ਵਾਲਿਆਂ ਦਾ ਜਿਹੜਾ ਲੀਡਰ ਸੀ ਉਹ ਬਜ਼ੁਰਗ ਆਦਮੀ ਉਹਦੀਆਂ ਵੀ ਵੀਡੀਓ ਮੌਜੂਦ ਨੇ ਜਿਦੇ ਚ ਉਹਨੇ ਇਕਰਾਰ ਕੀਤਾ ਕਿ ਸੰਨ ਤੇ ਫਲਾਣਾ ਜਰਨਲ ਇਥੇ ਲੈ ਕੇ ਆਇਆ ਸੀ ਉਹਦਾ ਫਿਰ ਫੈਸਲਾ ਦਿੱਤਾ ਹੈ ਕਾਜ਼ੀ ਫਾਜ਼ੀ ਸਾਹਿਬ ਨੇ ਕਿ ਫੈਜ਼ ਉਮੀਦ ਨੂੰ ਗ੍ਰਿਫਤਾਰ ਕੀਤਾ ਜਾਏ ਔਰ ਹੋਰ ਵੀ ਕੁਝ ਲੋਕ ਅੱਲਾ ਬਾਗ ਵਗਾਰਾ ਅਰਬ ਆਲੇ ਵੀ ਕੁਝ ਲੋਗ ਜਿਨ੍ਹਾਂ ਨੇ ਉਹ ਪ੍ਰਿਆਸਤ ਦੇ ਖਿਲਾਫ ਉਹ ਸਾਰੀ ਸਾਰਾ ਕੰਮ ਕੀਤਾ ਸੀ ਫੈਜ਼ ਅਮੀਦ ਦੇ ਕਹਿੰਦੇ ਤੇ ਇਹ ਹੁਣ ਕਾਜ਼ੀ ਸਾਹਿਬ ਨੇ ਜ਼ੈਰੀ ਗਾਲੇ ਆਂਦਿਆਂ ਨਾਲ ਹੀ ਜਦੋਂ ਬਹਿਣਾ ਤੇ ਕਿਸੇ ਨੇ ਪਟੀਸ਼ਨ ਕਰ ਦੇਣੀ ਇੱਕ ਸਰ ਤੁਸੀਂ ਇੱਕ ਫੈਸਲਾ ਦਿੱਤਾ ਸੀ ਫੈਜ਼ਾਬਾਦ ਧਰਨੇ ਦਾ ਤੇ ਫੈਜ਼ ਅਮੀਦ ਉਵੇਂ ਹੀ ਫਿਰਦਾ ਪੈ ਦੰਦ ਨਾਂਦਾ ਫਿਰਦਾ ਤੁਸੀਂ ਕਿਹਾ ਸੀ ਇਹਨੂੰ ਗ੍ਰਿਫਤਾਰ ਕੀਤਾ ਜਾਏ ਔਰ ਇਹਦੀ ਪੇਟੀ ਲਵਾਈ ਜਾਏ ਔਰ ਇਹਦੇ ਕੋਲ ਸਾਰਾ ਇਹਨੇ ਸਾਰਾ ਕੁਝ ਇੱਕ ਖਾਤਾ ਗੋਲ ਕੀਤਾ ਰਿਆਸਤ ਦੇ ਖਿਲਾਫ ਤੇ ਇਹ ਫੈਜ਼ ਅਮੀਦ ਜਿਹੜਾ ਇਹ ਇੱਕ ਤੇ ਸ਼ੌਕਤ صدیقی ਸਾਹਿਬ ਵਾਲਾ ਜਿਹੜਾ ਉਹ ਹਲਫਨਾਮਾ ਪੇ ਐ ਅਦਾਲਤ ਦੇ ਵਿੱਚ ਕੇਸ ਚੱਲਦਾ ਪਿਆ ਤੇ ਦੂਸਰਾ ਫੈਜ਼ਾਬਾਦ ਧਰਨੇ ਵਾਲਾ ਕੇਸ ਜਿਹੜਾ ਉਹਦੇ ਵਿੱਚ ਚੀਫ ਜਸਟਿਸ ਜਿਹੜੇ ਆ ਰਹੇ ਨੇ ਕਾਜ਼ੀ ਸਾਹਿਬ ਉਹਨਾਂ ਦਾ ਆਪਣਾ ਫੈਸਲਾ ਮੌਜੂਦ ਕੇ ਨੂੰ ਗ੍ਰਿਫਤਾਰ ਕੀਤਾ ਜਾ ਤੇ ਫਿਰ ਇਹ ਕਿਵੇਂ ਬਚ ਸਕਦਾ ਹੈ ਜੇਲ੍ਹ ਤੋਂ ਇਹ ਵੱਡਾ ਜਰਨਲ ਇਹ ਫੈਜ਼ ਅਮੀਦ ਕਿਸ ਤਰ੍ਹਾਂ ਬਚ ਸਕਦਾ ਇਹਨਾਂ ਦੋ ਚੀਜ਼ਾਂ ਤੋਂ ਇਲਾਵਾ ਉਹਦੇ ਜਿਹੜੇ ਜੁਰਾਇਮ ਨੇ ਉਹ ਤੇ ਅਸਮਾਨ ਛੁੰਦੇ ਨਾ ਨਾ ਪੈ ਹਜ਼ਾਰਾਂ ਜੁਰਾਇਮ ਨੇ ਫੈਜ਼ ਉਮੀਦ ਦੇ ਡਕੈਤੀਆਂ ਚੋਰੀਆਂ ਜ਼ਮੀਨਾਂ ਤੇ ਕਬਜ਼ੇ ਪਲਾਜ਼ਾਂ ਤੇ ਕਬਜ਼ੇ ਫੈਕਟਰੀਆਂ ਦੇ ਕਬਜ਼ੇ ਅ ਅਫਗਾਨੀਆਂ ਨੂੰ ਲੈ ਕੇ ਇੱਥੇ ਵਿਛਾਣਾ ਮੁਲਕ ਦੇ ਖਿਲਾਫ ਕੰਮ ਕਰਨਾ ਉਹਦਾ ਨੈਟਵਰਕ ਤੇ ਤੁਹਾਡੀ ਸੋਚ ਉਹ ਤੇ ਅਲੈਦਾ ਜੁਰਾਇਮ ਨੇ ਨਾ ਉਹ ਤੇ ਅਦਾਰਾ ਜਾਣੇ ਉਹਨਾਂ ਦਾ ਤੇ ਉਹ ਜਾਣਣਾ ਅਸੀਂ ਉਹਦੇ ਚ ਇੰਟਰਫੇਅਰ ਨਹੀਂ ਕਰ ਸਕਦੇ ਅਸੀਂ ਤਾਂ ਗੱਲ ਇਹ ਕਰਨੀ ਆ ਬਈ ਜਿਹੜੇ ਕੇਸ ਨੇ ਅਦਾਲਤ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਕਾਜ਼ੀ ਫੈਜ਼ ਇਸਾ ਸਾਹਿਬ ਨੇ ਫੈਜ਼ਾਬਾਦ ਤਰਨੇ ਵਾਲਾ ਸ਼ਹਿਦ ਖਕਾਨਾਬਾਸੀ ਦੀ ਹਕੂਮਤ ਦਿਖਲਾ ਉਹ ਫੈਸਲਾ ਲਿਖੇ ਆ ਕਿ ਇਹਨੂੰ ਗ੍ਰਿਫਤਾਰ ਕਰੋ ਤੇ ਫਿਰ ਕਿਵੇਂ बच ਸਕਦਾ ਵੱਡਾ ਜਰਨਲ ਬੁੱਢਾ ਜਰਨਲ ਕਿਸ ਤਰ੍ਹਾਂ बच ਸਕਦਾ ਬਹੁਤ ਸ਼ੁਕਰੀਆ